Yeah.
जी वाहेगुरु जी का खालसा, वाहेगुरु जी की फतेह। नमस्कार, अस्सलाम अलैकुम। ਤੁਹਾਡੇ ਇੱਥੇ ਅਨੇਕਾਂ ਪਰਿਵਾਰਾਂ 'ਚੋਂ ਭਾਵੇਂ ਉਹ ਸਿੱਖ ਹਨ, ਹਿੰਦੂ ਹਨ ਜਾਂ ਮੁਸਲਮਾਨ ਹਨ, ਸਾਰੇ ਪਰਿਵਾਰਾਂ ਦੇ ਸੱਜਣ ਆਏ ਹੋਏ ਨੇ। ਸਾਰਿਆਂ ਦਾ ਮੈਂ ਧੰਨਵਾਦੀ ਹਾਂ। ਸਾਡਾ ਅੱਜ ਦਾ ਸ਼ਬਦ ਹੈ, ਬਹੁਤਾ ਬੋਲਣ ਝੱਖਣ ਹੋਏ, ਵਿਣ ਬੋਲੇ ਜਾਣੇ ਸਭ ਸੋਏ। ਰਹਾਓ ਹੈ ਸ਼ਬਦ ਦਾ। ਜਦੋਂ ਅਸੀਂ ਘਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ ਜਾਂ ਵਾਕ ਲੈਂਦੇ ਹਾਂ ਰੋਜ਼, ਤਾਂ ਇਹ ਸ਼ਬਦ ਕਾਫੀ ਪ੍ਰਚਲਿਤ ਹੈ, ਇਸ ਕਰਕੇ ਵਾਰ ਵਾਰ ਸਾਨੂੰ ਪੜ੍ਹਨ ਨੂੰ ਮਿਲ ਜਾਂਦਾ ਹੈ। ਜ਼ਿਆਦਾਤਰ ਲੋਕਾਂ ਦੀ ਜ਼ਬਾਨ 'ਤੇ ਵੀ ਕਾਫੀ ਚੜ੍ਹਿਆ ਹੋਇਆ। ਪਹਿਲੀ ਪੰਕਤੀ ਸਾਨੂੰ ਸਭ ਨੂੰ ਯਾਦ ਹੁੰਦੀ ਹੈ, ਜਿਹੜੀ ਇਸ ਦੀ ਪਹਿਲੀ ਪੰਕਤੀ ਹੈ, ਜੀਉ ਤਪਤ ਹੈ ਬਾਹਰੋਂ ਬਾਹਰ, ਤਪ ਤਪ ਖੱਪੇ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਬਿਲ ਲਾਏ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਇਹ ਸ਼ਬਦ ਪੜ੍ਹਿਆ ਜਾ ਰਿਹਾ। ਗੁਰੂ ਗ੍ਰੰਥ ਸਾਹਿਬ ਦੇ 661 ਭਾਵ 661 ਅੰਗ 'ਤੇ ਸ਼ਬਦ ਸੁਸ਼ੋਭਿਤ ਹੈ। ਜਦੋਂ ਇਸ ਸ਼ਬਦ ਦੇ ਵਿੱਚ ਐਸੇ ਲਫਜ਼ ਆਉਂਦੇ ਨੇ, ਜੈ ਤਨ ਬਾਣੀ ਵਿਸਰ ਜਾਏ, ਤਾਂ ਲੋਕ ਆਮ ਤੌਰ 'ਤੇ ਸਿੱਖ ਇਹ ਸਮਝ ਰਹੇ ਹੁੰਦੇ ਨੇ ਕਿ ਬਈ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਗੱਲ ਕੀਤੀ ਜਾ ਰਹੀ ਹੈ, ਜੈ ਤਨ ਬਾਣੀ ਵਿਸਰ ਜਾਏ। ਜਿਹੜੇ ਲੋਕ ਸਿੱਖ ਨਹੀਂ ਹਨ, ਜਿਹੜੇ ਬਾਣੀ ਨਹੀਂ ਪੜ੍ਹਦੇ ਨੇ, ਉਹ ਲਫਜ਼ ਸੁਣਦੇ ਨੇ ਜੈ ਤਨ ਬਾਣੀ ਵਿਸਰ ਜਾਏ, ਉਹ ਬਾਣੀ ਲਫਜ਼ ਸੁਣਨ ਸਾਰ ਸਮਝਦੇ ਨੇ ਸਿੱਖੋ ਕੀ ਬਾਣੀ। ਸਿੱਖ ਜੋ ਗੁਰੂ ਗ੍ਰੰਥ ਸਾਹਿਬ ਮੈਂ ਬਾਣੀ ਪੜ੍ਹਦੇ ਹਾਂ, ਉਸਕੇ ਬਾਰੇ ਮੈਂ ਬਾਤ ਚੱਲ ਰਹੀ ਹੈ, ਇਸ ਕਰਕੇ ਉਹ ਸੋਚਦੇ ਨੇ ਹਮਾਰਾ ਤੋ ਗੀਤਾ ਹੈ ਜਾਂ ਰਮਾਇਣ ਹੈ ਜਾਂ ਹਮਾਰੀ ਬਾਈਬਲ ਹੈ ਜਾਂ ਹਮਾਰਾ ਕੁਰਾਨ ਹੈ ਜਾਂ ਹਮਾਰਾ ਧੰਮਪਦ ਹੈ, ਤੋਰੇਤ ਹੈ। ਉਹ ਆਪਣੀ ਧਾਰਮਿਕ ਗ੍ਰੰਥ ਦੇ ਕੰਪੈਰੀਜ਼ਨ ਵਿੱਚ ਇਹ ਸੋਚ ਲੈਂਦੇ ਨੇ ਕਿ ਇਹ ਬਾਣੀ ਲਫਜ਼ ਨਾ ਸ਼ਾਇਦ ਸਿੱਖਾਂ ਦੇ ਗ੍ਰੰਥ ਬਾਰੇ ਆਇਆ, ਇਹ ਸੋਚ ਕੇ ਉਹ ਇਸ ਦੇ ਵਿੱਚੋਂ ਕੁਛ ਪ੍ਰਾਪਤ ਨਹੀਂ ਕਰ ਪਾਉਂਦੇ ਨੇ। ਕਈ ਐਸੇ ਸੱਜਣ ਹਨ ਜਿਹੜੇ ਬਿਲਕੁਲ ਨਿਰਪੱਖ ਹੋ ਕੇ ਸੱਚ ਨੂੰ ਸੁਣਦੇ ਨੇ। ਕਹਿਣ ਦਾ ਮੇਰਾ ਇਹ ਯਤਨ ਹੈ, ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਸਭ ਦੀ ਸਾਂਝੀ ਹੈ, ਸਾਰਿਆਂ ਵਾਸਤੇ ਹੈ। ਹੂਸੋਐਵਰ ਸੁਣ ਲਵੇ, ਜੋ ਸੁਣ ਲਵੇ ਇਸ ਨੂੰ ਸਮਝ ਲਵੇ, ਫਿਰ ਉਸ ਨੂੰ ਨਾ ਆਪਣੇ ਨਿੱਜ ਘਰ ਅੰਤਰ ਆਤਮੇ ਵਿੱਚ ਆਪਣੀ ਕੌਨਸ਼ੀਅੰਸ ਦੇ ਅੰਦਰ ਜਿਹੜੇ ਰੱਬ ਜੀ ਵਸਦੇ ਨੇ ਨਾ, ਉਹਨਾਂ ਦੀ ਬਾਣੀ ਸੁਣਨ ਦੀ ਜਾਚ ਆ ਜਾਏਗੀ। ਦੁਨੀਆ ਕਾ ਕੋਈ ਵੀ ਇਨਸਾਨ ਕਿਸੇ ਵੀ ਮਜ਼ਹਬ ਮੇਂ ਕਹੀਂ ਵੀ ਰਹਿਤਾ ਹੈ, ਵੋ ਜਬ ਆਪਣੇ ਅੰਤਰ ਆਤਮੇ ਕੀ ਆਵਾਜ਼ ਕੋ ਸੁਣਤਾ ਹੈ, ਅੰਤਰ ਆਤਮੇ ਗੋਡ ਖੁਦਾ ਅੱਲਾ ਵਾਹਿਗੁਰੂ ਰਾਮ ਜੀ ਰਹਿਤੇ ਹੈ, ਉਨਕੀ ਆਵਾਜ਼ ਕੋ ਜਬ ਵੋ ਸੁਣਤਾ ਹੈ, ਇਸਕੋ ਬੋਲਤੇ ਹੈ ਗੁਰਮੁਖ ਨਾਦੰ। ਗੁਰਮੁਖ, ਮੁਖ ਦੇ ਖੱਖੇ ਨੂੰ ਸਿਆਰੀ ਹੈ, ਨਿੱਜ ਘਰ ਚੋਂ ਅੰਤਰ ਆਤਮੇ ਤੋਂ ਰੱਬ ਜੀ ਦੀ ਨਿਕਲੀ ਹੋਈ ਆਵਾਜ਼, ਗੁਰਮੁਖ ਖੱਖੇ ਨੂੰ ਸਿਆਰੀ, ਮੁਖ ਤੋਂ ਨਿਕਲੀ ਹੋਈ ਆਵਾਜ਼, ਨਾਦ, ਸੁਨਿਆ, ਮੈਸੇਜ, ਸੱਦਾ, ਸਦੜਾ, ਸਿਖੜਾ, ਸਿੱਖਿਆ, ਹੀ ਬਾਣੀ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਿਖਾਉਂਦੀ ਹੈ ਸੁਣਨ ਦੀ ਜਾਚ।
ਨਿੱਜ ਘਰ ਦੀ ਆਵਾਜ਼ ਵਾਲੀ ਬਾਣੀ ਨੂੰ ਸੁਣਨ ਦੀ ਜਾਂਚ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੁਣ ਪੜ੍ਹ ਕੇ ਇੱਕ ਥੋਟ ਪ੍ਰੋਸੈਸ ਅੰਦਰ ਜਾਂਦੇ ਹਾਂ। ਸਾਡਾ ਮਨ ਆਪਣੀ ਮਨ ਕੀ ਤੂਤੀ ਵਜਾਉਣ ਦੇ ਬਦਲੇ ਨਿੱਜ ਘਰ ਦੀ ਆਵਾਜ਼ ਨੂੰ ਸੁਣਨ ਲੱਗ ਪੈਂਦਾ, ਉਹ ਲਗਾਤਾਰ ਸੁਣਾਈ ਦੇਣ ਲੱਗ ਪੈਂਦੀ। ਉਹਨੂੰ ਕਹਿੰਦੇ ਨੇ ਹੁਣ ਇਹਦੀ ਹੱਦ ਹੀ ਕੋਈ ਨਹੀਂ ਹੈ, ਵਿਚਕਾਰ ਰੁਕਾਵਟ ਹੀ ਕੋਈ ਨਹੀਂ ਹੈ। ਜਿਹਦੇ 'ਚ ਹੱਦ ਬੰਨੀ ਆ ਜਾਏ, ਰੁਕਾਵਟ ਆ ਜਾਏ, ਵਰਸਿਸ ਜਿਹਦੇ 'ਚ ਹੱਦ ਬੰਨੀ ਨਾ ਆਵੇ, ਇਨਫਿਨਿਟ ਨੋਨ ਸਟੋਪ ਲਗਾਤਾਰ ਉਹਦੇ ਨਾਲ ਟਿਊਨਡ ਰਹਿਣਾ, ਸਤਿਗੁਰ ਜਾਗਦਾ ਹੈ ਦਿਓ, ਉਹਦੇ ਨਾਲ ਹਮੇਸ਼ਾ ਜੱਗੇ ਨਾਲ ਜਾਗਦੇ ਰਹਿਣਾ, ਇਹਨਾਂ ਅੱਖਾਂ ਕਰਕੇ ਨਹੀਂ, ਲਗਾਤਾਰ ਉਸਨੂੰ ਮਹਿਸੂਸ ਕਰਨਾ, ਸੁਣਨਾ, ਜੋ ਸੁਣਿਆ ਦਿੱਤਾ ਗਿਆ ਸੁਨੇ ਨਾਲ ਟਿਊਨਡ ਰਹਿਣਾ, ਇਹਨੂੰ ਕਹਿੰਦੇ ਨੇ ਅਨਹੱਦ ਨਾਦ। ਲੋਕ ਸਮਝ ਰਹੇ ਹੁੰਦੇ ਨੇ ਕੋਈ ਮਿਊਜ਼ਿਕ ਵੱਜਣਾ ਸ਼ੁਰੂ ਹੋ ਜਾਂਦਾ ਹੈ, ਕੋਈ ਟਿਊਨ ਵੱਜਣੀ ਸ਼ੁਰੂ ਹੋ ਜਾਂਦੀ ਹੈ ਜੋ ਬਿਨਾਂ ਵਜਾਇਆਂ ਦੀ ਹੁੰਦੀ ਹੈ। ਦੋ ਭਾਂਡੇ ਖੜਕਾਓ, ਵਾਜੇ ਖੜਕਾਓ, ਤਬਲੇ ਖੜਕਾਓ, ਜਾਂ ਕੋਈ ਫੂਕ ਮਾਰੋ, ਬੰਸਰੀ ਵਜਾਓ, ਉਹ ਜੀ ਬਿਨਾਂ ਵਜਾਇਆਂ ਇੱਕ ਧੁੰਨ ਸੁਣਾਈ ਦੇਣੀ ਸ਼ੁਰੂ ਹੋ ਜਾਂਦੀ, ਉਹਦੀ ਨਹੀਂ ਗੱਲ ਚੱਲ ਰਹੀ, ਦੈਟ ਇਜ਼ ਸਿੱਧ ਜੋਗੀ। ਅਨਹੱਦ ਹੱਦ ਜਿਹਦੀ ਨਾ ਹੋਵੇ, ਲਗਾਤਾਰ ਸੱਚ ਨਾਲ ਟਿਊਨਡ। ਦੁਨਿਆਵੀ ਐਗਜ਼ਾਮਪਲ ਬਣਾ ਕੇ ਚੱਲਦੇ ਹਾਂ। ਬਚਪਨ ਵਿੱਚ ਮੈਂ ਸਿੱਖਿਆ ਦੋ ਦੂਨੀ ਚਾਰ, ਸਿੱਖਦਿਆਂ ਸਿੱਖਦਿਆਂ ਸਿੱਖ ਲਿਆ ਅੱਠ ਨਿੰਮ ਬਹੱਤਰ, ਸਿੱਖਦਿਆਂ ਸਿੱਖਦਿਆਂ ਹੋਰ ਬਿਖੜਾ ਸਿੱਖ ਲਿਆ ਚਾਰ ਡੇਢੇ ਛੇ, ਹੁਣ ਦ੍ਰਿੜ ਹੋ ਗਿਆ। ਜਦੋਂ ਦ੍ਰਿੜ ਹੋ ਗਿਆ, ਦ੍ਰਿੜ ਹੋਣ ਤੋਂ ਬਾਅਦ ਮੇਰੀ ਮੈਮਰੀ ਵਿੱਚ ਪੱਕਾ ਬੈਠ ਗਿਆ, ਹੁਣ ਮੈਂ ਆਪਣੀ ਸਾਰੀ ਜ਼ਿੰਦਗੀ ਵਿੱਚ ਜਿੱਥੇ ਕਿੱਥੇ ਵੀ ਕਦੀ ਇੱਕ ਰਿਕਸ਼ੇ ਵਾਲੇ ਨੂੰ 10 ਰੁਪਏ ਦਿਆਂ ਔਰ ਰਿਕਸ਼ਾ ਵਾਲਾ ਕਹੇ ਆਪਕੇ 6 ਰੁਪਏ ਬਣਤੇ ਆ, ਮੈਨੂੰ ਸਮਝ ਆ ਗਈ ਉਹਦੇ ਮੁਤਾਬਕ ਇੰਨੇ ਮੈਨੂੰ ਹੁਣ 4 ਰੁਪਏ ਵਾਪਸ ਕਰਨੇ ਆ। ਰਿਕਸ਼ੇ ਵਾਲੇ ਨੂੰ ਵੀ ਦ੍ਰਿੜ ਹੈ ਕਿ 10 ਚੋਂ 4 ਵਾਪਸ ਕਰਨੇ ਹਨ। ਐਫਰਟ ਨਹੀਂ ਕਰਨਾ ਪੈ ਰਿਹਾ, ਇਹ ਮੰਨਣ ਵਾਸਤੇ ਕਿ 10 ਚੋਂ 6 ਗਏ 4 ਹੀ ਹੁੰਦੇ ਹਨ। ਹੱਦ ਬੰਨੀ ਨਹੀਂ ਹੈ ਨਾ, ਹੁਣ ਲਗਾਤਾਰ ਉਸ ਸੱਚ ਨਾਲ ਟਿਊਨਡ। ਇਹਨੂੰ ਅਨਹੱਦ ਕਹਿੰਦੇ ਨੇ, ਅਨਹੱਦ ਸੁਨੇਹਾ, ਅਨਹੱਦ ਮੈਸੇਜ, ਅਨਹੱਦ ਨਾਦ।